ਤੁਸੀਂ ਤੇ ਮੈਦਾਨਾਂ 'ਚ ਜਾਂਦੇ ਜਾਂ ਅਕਸਰ ਟੱਕਰਦੇ ਵੀ ਅਸੀਂ ਤੁਹਾਡੇ ਵਾਲਦ ਨੂੰ ਦੇਖਿਆ ਖੇਲਦੇ ਹਾਂਜੀ ਤੁਹਾਨੂੰ ਫੀਲ ਹੁੰਦਾ ਸਾਡੀ ਭਾਜੀ ਵਾਲਦਾਂ ਨਾਲ ਸਾਨੂੰ ਦੱਸਦੀ ਹੁੰਦੀ ਸੀ ਕਿ ਤੁਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਨਾ ਤੇ ਵਾਲਦ ਸਾਹਿਬ ਦੀ ਖਵਾਇਸ਼ ਹੁੰਦੀ ਸੀ ਕਿ ਮੇਰਾ ਵੀ ਕੋਈ ਔਲਾਦ ਕਬੱਡੀ ਖੇਡੇਗੀ ਮੇਰਾ ਨਾਂ ਰੋਸ਼ਨ ਕਰੇਗੀ ਤੇ ਵਾਲਦਾ ਮੇਰੀ ਦੱਸਦੀ ਹੁੰਦੀ ਸੀ ਕਿ ਧਿਰ ਤੇ ਉਹ ਜ਼ਿਆਦਾ ਕਹਿੰਦੇ ਹੁੰਦੇ ਕਿ ਮੁਜ਼ੰਮਲ ਸ਼ਾਇਦ ਮੇਰਾ ਨਾਂ ਰੋਸ਼ਨ ਕਰੇ ਲਈ ਸੀ ਫਿਰ ਮੈਂ ਫੈਕਟਰੀ 'ਚ ਵੀ ਕੰਮ ਕੀਤਾ ਉਦੋਂ 120 ਰੁਪਈਏ ਦਿਹਾੜੀ ਹੁੰਦੀ ਸੀ ਫਿਰ ਮੈਂ ਮਾਰਕੀਟ ਪੱਲੇਦਾਰੀ ਮਿਹਨਤ ਮਜ਼ਦੂਰੀ ਮੈਂ ਬਹੁਤ ਕੀਤੀ ਹੈ ਅਸੀਂ ਕਬੱਡੀ ਦਾ ਸ਼ੌਕ ਸੀ ਇਹ ਨਹੀਂ ਅੰਦਰੋਂ ਮੁੱਕਿਆ ਅਤੇ ਆਸਤਾ ਆਸਤਾ ਅੱਲਾ ਪਾ ਅਤੇ ਅੱਜ ਕਾਸ਼ ਉਹ ਜ਼ਿੰਦਾ ਹੁੰਦੇ ਆਪਣੇ ਪੁੱਤ ਨੂੰ ਵੇਖਦੇ ਆਪਣੇ ਪੁੱਤਰਾਂ ਨੂੰ ਵੇਖਦੇ ਅਤੇ ਅੱਜ ਉਹ ਦੁਬਾਰਾ ਜਵਾਨ ਹੋ ਜਾਂਦੇ ਉਹਨਾਂ ਅਤੇ ਐਰਕੇ ਵੀ ਆਪਣੇ ਲੱਗੇ ਆ ਇੰਗਲੈਂਡ ਵਾਲੇ ਅਤੇ ਇੰਗਲੈਂਡ ਵਾਲੇ ਕਹਿੰਦੇ ਸਾਡੇ ਵੱਲੋਂ ਖੇਡ ਕਲੱਬ ਵਾਲੇ ਸਲੋਹ ਕਬੱਡੀ ਕਲੱਬ ਵਾਲੇ ਅਤੇ ਉਹ ਵੀ ਲੱਗੇ ਆ ਕੈਨੇਡਾ ਵਾਲੇ ਵੀ ਆ ਅਤੇ ਇਨਸ਼ਾਲਾ ਵੇਖੋ ਹੁਣ ਕਿੱਧਰ ਜਾਂਦੇ ਜਿਹਦੇ ਨਸੀਬ 'ਚ ਦਾਣਾ ਪਾਣੀ ਹੋਇਆ ਤਾਂ ਇਨਸ਼ਾਲਾ ਜ਼ਰੂਰ ਜਾਵਾਂਗੇ ਬਿਲਕੁਲ ਭਾਅ ਜੀ ਇਹ ਸਾਰੀ ਦੁਨੀਆ ਨੂੰ ਪਤਾ ਜੋ ਮਸਲੇ ਮਸਾਇਲ ਬਣੇ ਸੀ ਨੈਸ਼ਨਲ ਦੇ ਉੱਤੇ ਮੈਨੂੰ ਪਤਾ ਜਾਂ ਮੇਰੇ ਖੁਦਾ ਨੂੰ ਪਤਾ ਉਸ ਜਿਹੜਾ ਵਕਤ ਸੀ ਉਹ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ ਭਾਅ ਜੀ ਜ਼ਿਆਦਾ ਮਜ਼ਾ ਆਉਂਦਾ ਜਿਹੜੇ ਕਲੱਬਾਂ ਦੇ ਮੈਚ ਹੋਣ ਪਾਰਟੀਆਂ ਬਾਜ਼ੀਆਂ ਦੇ ਉਹਨਾਂ ਮੈਚਾਂ ਦਾ ਆਪਣੇ ਮਜ਼ਾ ਆਉਂਦਾ ਪਲੇਅ ਨੂੰ ਖੇਡਣ ਦਾ ਵੀ ਮਜ਼ਾ ਆਉਂਦਾ ਕਿਉਂਕਿ ਪਾਰਟੀ ਬਾਜ਼ੀ ਦੇ ਮੈਚ ਹੁੰਦੇ ਉਹ 'ਚ ਬੰਦਾ ਜ਼ੋਰ ਵੀ ਸੋਹਣਾ ਮਾਰਦਾ ਉਹ 'ਚ ਭਾਅ ਮੈਂਬਲ ਇੱਕ ਗੱਲ ਯਾਰ ਰਹਿ ਗਈ ਸੀ ਉਹ ਭੁੱਲਣ ਲੱਗੇ ਭਾ ਤੂੰ ਵਿਆਹ ਕਦੋਂ ਨੇ ਪਾ ਕਰਾਉਂਦੇ ਕਬੱਡੀ ਖੇਡਦਾ ਜਿਹੜਾ ਬੰਦਾ ਘਰੋਂ ਵਸੈਲ ਵੀ ਹੋਣ ਮਿਹਨਤ ਵਾਲਾ ਬੰਦਾ ਵੀ ਅੱਲਾ ਪਾਕ ਇਹ ਆ ਕੇ ਅੱਲਾ ਪਾਕ ਜੀ ਉਸ ਬੰਦੇ ਨੂੰ ਇੰਨੀ ਇੱਜ਼ਤ ਇੰਨੀ ਦੇ ਸਕਦਾ ਉਹਦੀ ਮਿਹਨਤ ਹਰ ਬੰਦਾ ਮਿਹਨਤ ਕਰੇ ਅੱਲਾ ਪਾਕ ਹਰ ਬੰਦੇ ਨੂੰ ਮਿਹਨਤ ਦਾ ਸਿਲਾ ਦਿੰਦਾ ਕਦੋਂ ਕਬੱਡੀ ਤੁਸੀਂ ਸਟਾਰਟ ਕੀਤੀ ਜੀ ਭਾਅ ਜੀ ਮੈਂ ਨਾ 2011 'ਚ ਸਟਾਰਟ ਕੀਤੀ ਕਬੱਡੀ ਸਹੀ ਹਾਂਜੀ 12 ਸਾਲ ਹੋ ਗਏ ਮੈਨੂੰ ਕਬੱਡੀ ਖੇਡਦੇ ਨੂੰ ਅਤੇ ਜਦੋਂ ਭਾਅ ਜੀ ਸਟਾਰਟ ਕੀਤੀ ਉਦੋਂ ਵੇਟ ਦੀ ਸ਼ੁਰੂ ਕੀਤੀ ਸੀ ਜਾਂ ਓਪਨ ਹੀ ਹਾਂਜੀ ਭਾਅ ਜੀ ਵੇਟ ਦੀ ਕਬੱਡੀ ਸ਼ੁਰੂ ਕੀਤੀ ਸੀ 60 ਕਿਲੋ ਤੋਂ ਸਹੀ ਹਾਂਜੀ 60 ਕਿਲੋ ਤੋਂ ਸਟਾਰਟ ਕੀਤੀ ਸੀ ਹਾਂਜੀ ਬੇਸ਼ੱਕ ਤੇ 60 ਕਿਲੋ ਤਾਂ ਭਾਅ ਜੀ ਮੇਰੇ ਦੇਖਣੀ ਤਾਂ ਯਾਨੀ ਚੰਗੇ ਤੁਸੀਂ ਟਾਪ ਦੇ ਖੇਡਦੇ ਹੋ ਨਹੀਂ ਵੇਟ ਦੀ ਹਾਂਜੀ ਹਾਂਜੀ 60 65 70 ਤੱਕ ਮਾਸ਼ਾਅੱਲਾ ਮੈਂ ਚੰਗੀ ਕਬੱਡੀ ਖੇਡਦਾ ਰਿਹਾ ਸੀ ਸਹੀ 75 ਕਿਲੋ 'ਚ ਮੈਂ ਮੋਟਰਸਾਈਕਲ ਵੀ ਜਿੱਤਿਆ ਸੀ ਸਹੀ ਹਾਂਜੀ ਮਲਕਪੁਰੋਂ ਹਾਂਜੀ ਹਾਂਜੀ ਤੇ ਓਪਨ ਫਿਰ ਭਾਅ ਜੀ ਕਦੋਂ ਸ਼ੁਰੂ ਕੀਤੇ ਮੈਚ ਖੇਡਣੇ ਓਪਨ ਭਾਅ ਜੀ ਮੈਂ ਕੀਤੇ 2014 ਤੋਂ ਅਤੇ ਜਦੋਂ ਭਾਅ ਜੀ ਵਾਲਦ ਸਾਹਿਬ ਤੁਹਾਡੇ ਫੋਤ ਹੋਏ ਉਦੋਂ ਤਾਂ ਤੁਸੀਂ ਯਾਨੀ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਕਬੱਡੀ ਤੁਸੀਂ ਖੇਡਣੀ ਸ਼ੁਰੂ ਕਰਤੀ ਸੀ ਜਾਂ ਕਿਸ ਤਰ੍ਹਾਂ ਦਾ ਦਿਨ ਗੁਜ਼ਰੇ ਉਦੋਂ ਤੁਹਾਡੇ ਭਾਅ ਜੀ ਜਦੋਂ ਵਾਲਦ ਸਾਹਿਬ ਫੋਤ ਹੋਏ ਸੀ ਮੇਰੇ 2001 ਦੇ ਵਿੱਚ ਸਹੀ ਅਤੇ ਅੱਜ 21 ਸਾਲ ਹੋ ਗਏ ਮੇਰੇ ਵਾਲਦ ਸਾਹਿਬ ਨੂੰ ਫੋਤ ਹੋਇਆ ਨੂੰ ਅੱਲਾ ਪਾਕ ਉਹਨਾਂ ਜੰਨਤ 'ਚ ਘਰ ਬਣਾਵੇ ਅਤੇ ਬਾਕੀ ਭਾਅ ਜੀ ਮੈਂ 9 ਕੁ ਸਾਲਾਂ ਦਾ ਸੀ ਉਦੋਂ ਵਿਕਾਸ ਕੋਈ 7 ਸਾਲਾਂ ਦਾ ਸੀ ਜਦੋਂ ਵਾਲਦ ਸਾਹਿਬ ਫੋਤ ਹੋਏ ਆ ਅਤੇ ਬਹੁਤ ਛੋਟੇ ਸੀ ਅਸੀਂ ਤਾਂ ਇਹਨੂੰ ਸਾਰਾ ਜੀ ਆਪਣੀ ਵਾਲਦਾਂ ਨੂੰ ਜੀ ਅੱਲਾ ਪਾਕ ਉਹਨਾਂ ਦੀ ਤੰਦਰੁਸਤੀ ਰੱਖੇ ਲੰਬੀ ਜ਼ਿੰਦਗੀ ਕਰੇ ਜਿਹਨਾਂ ਨੇ ਐਡੇ ਮੁਸ਼ਕਿਲ ਹਾਲਾਤਾਂ ਦੇ ਵਿੱਚ ਸਾਨੂੰ ਪਾਲ ਕੇ ਜਵਾਨ ਕੀਤਾ ਸਾਨੂੰ ਇਸ ਪਾਸੇ ਲਾਇਆ ਪਰ ਅਸਲ ਸਾਡੇ ਜਿਹੜੀ ਕਬੱਡੀ ਸਟਾਰਟ ਕਰਨ ਜੀ ਅਸੀਂ ਕਹੋ ਨਾ ਅਸੀਂ ਇਸ ਮੁਕਾਮ 'ਤੇ ਪਹੁੰਚੇ ਅਸੀਂ ਆਪਣੀ ਵਾਲਦਾਂ ਦੀ ਵਜ੍ਹਾ ਤੋਂ ਪਹੁੰਚੇ ਹਾਂ ਜਿਹਨਾਂ ਨੇ ਸਾਨੂੰ ਸਾਂਭਿਆ ਪੈਰਾਂ 'ਤੇ ਖੜਾ ਕੀਤਾ ਇਸ ਮੁਕਾਮ 'ਤੇ ਲੈ ਕੇ ਆਏ ਆ ਸਾਡੇ ਮਤਲਬ ਸਾਨੂੰ ਸ਼ੁਰੂ ਕਰਨ ਸਾਡੀ ਜਿਹੜੀ ਉਸਤਾਦ ਆ ਨਾ ਸਾਡੀ ਵਾਲਦਾਂ ਹੀ ਆ ਜਿਹਨੇ ਸਾਨੂੰ ਦੱਸਿਆ ਕਿ ਤੁਹਾਡੇ ਵਾਲਦ ਸਾਹਿਬ ਕਬੱਡੀ ਖੇਡਦੇ ਹੁੰਦੇ ਸੀ ਇੱਥੇ ਤਲਕ ਸੀ ਇਹ ਆਹ ਪਲੇਅਰ ਹੁੰਦੇ ਜਾਂਦੇ ਸੀ ਇੰਨੀ ਟ੍ਰੇਨਿੰਗ ਕਰਦੇ ਸਾਡੇ ਦਿਮਾਗ 'ਚ ਮਾਇੰਡ 'ਚ ਸਾਡੀ ਵਾਲਦਾਂ ਨੇ ਸ਼ੁਰੂ ਦੇ ਪਾਇਆ ਸੀ ਪਰ ਅਸੀਂ ਬੇਸ ਸਾਡੀ ਸ਼ੁਰੂ ਤੋਂ ਸਟਾਰਟ ਤੋਂ ਭਾਈ ਫੈਮਿਲੀ ਕਬੱਡੀ ਸੀ ਚਾਚੇ ਤਾਏ ਦਾਦੇ ਖੇਡਦੇ ਹੁੰਦੇ ਸੀਗਾ ਭਾਈ ਇਮਤਿਆਜ਼ ਨੂੰ ਨਹੀਂ ਖੇਡਣ ਲੱਗ ਪਏ ਫਿਰ ਭਾਈ ਆਬਦ ਮਹਿਰ ਕਜ਼ਨ ਉਹਨਾਂ ਨਾਲ ਵੇਖ ਕੇ ਫਿਰ ਸਾਨੂੰ ਵੀ ਸ਼ੌਕ ਪਿਆ ਅਤੇ ਅਸੀਂ ਵੀ ਉਹਨਾਂ ਨੂੰ ਕਬੱਡੀ ਸਟਾਰਟ ਕੀਤੀ ਸਹੀ ਅਤੇ ਅੱਲਾ ਨੇ ਮਾਸ਼ਾਅੱਲਾ ਬਹੁਤ ਜ਼ਿਆਦਾ ਇੱਜ਼ਤ ਦਿੱਤੀ ਭਾਅ ਜੀ ਹਾਂਜੀ ਬਾਹ ਜੀ ਪਟਾੜੀਆਂ ਭੈਣ ਭਰਾਵਾਂ ਦੀਆਂ ਦੁਆਵਾਂ ਮਾਂ ਦੀਆਂ ਦੁਆਵਾਂ ਜਿਹਨਾਂ ਨੇ ਇਸ ਮੁਕਾਮ 'ਤੇ ਪਹੁੰਚੇ ਆ ਨਾਲੇ ਜਿਹੜੇ ਆਪਾਂ ਨੂੰ ਕਬੱਡੀ ਲਵਰ ਭਰਾ ਫੈਨ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆ ਉਹਨਾਂ ਦੀਆਂ ਦੁਆਵਾਂ ਜੀ ਉਹ ਸਾਨੂੰ ਦੁਆ ਕਰਦੇ ਰਹਿਣ ਅਤੇ ਅਸੀਂ ਖੇਡਦੇ ਰਹੀਏ ਵਾਲਦ ਸਾਹਿਬ ਕਿੰਨੀ ਕੁ ਉਮਰ 'ਚ ਭਾਅ ਜੀ ਫੋਤ ਹੋਏ ਸੀ ਤੁਹਾਡੇ ਵਾਲਦ ਸਾਹਿਬ ਦੀ 45 ਅਤੇ 50 ਦੇ ਦਰਮਿਆਨ ਏਜ ਦੀ ਫੋਤ ਹੋਈ ਸੀ ਸਹੀ ਕਮੀ ਕਿੰਨੀ ਕੁ ਉਹਨਾਂ ਦੀ ਵੈਸੇ ਮਹਿਸੂਸ ਹੁੰਦੀ ਜਦੋਂ ਤੁਸੀਂ ਆਹ ਖੇਡਦੇ ਆ ਜਾਂ ਕਿਉਂ ਤੁਸੀਂ ਤਾਂ ਮੈਦਾਨਾਂ 'ਚ ਜਾਂਦੇ ਜਾਂ ਅਕਸਰ ਟੱਕਰਦੇ ਵੀ ਅਸੀਂ ਤੁਹਾਡੇ ਵਾਲਦ ਨੂੰ ਦੇਖਿਆ ਖੇਡਦੇ ਹਾਂਜੀ ਤੁਹਾਨੂੰ ਫੀਲ ਹੁੰਦਾ ਸਾਡੀ ਭਾਅ ਜੀ ਵਾਲਦਾਂ ਨਾਲ ਸਾਨੂੰ ਦੱਸਦੀ ਹੁੰਦੀ ਸੀ ਕਿ ਤੁਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਨਾ ਤੇ ਵਾਲਦ ਸਾਹਿਬ ਦੀ ਖਵਾਇਸ਼ ਹੁੰਦੀ ਸੀ ਕਿ ਮੇਰਾ ਵੀ ਕੋਈ ਔਲਾਦ ਕਬੱਡੀ ਖੇਡੇਗੀ ਮੇਰਾ ਨਾਂ ਰੋਸ਼ਨ ਕਰੇਗੀ ਅਤੇ ਵਾਲਦਾ ਮੇਰੀ ਦੱਸਦੀ ਹੁੰਦੀ ਸੀ ਕਿ ਧਿਰ ਤੇ ਉਹ ਜ਼ਿਆਦਾ ਕਹਿੰਦੇ ਹੁੰਦੇ ਕਿ ਮੁਜ਼ੰਮਲ ਸ਼ਾਇਦ ਮੇਰਾ ਨਾਂ ਰੋਸ਼ਨ ਕਰੇ ਅਤੇ ਅੱਜ ਕਾਸ਼ ਉਹ ਜ਼ਿੰਦਾ ਹੁੰਦੇ ਆਪਣੇ ਪੁੱਤ ਨੂੰ ਵੇਖਦੇ ਆਪਣੇ ਪੁੱਤਰਾਂ ਨੂੰ ਵੇਖਦੇ ਅਤੇ ਅੱਜ ਉਹ ਦੁਬਾਰਾ ਜਵਾਨ ਹੋ ਜਾਂਦੇ ਉਹਨਾਂ ਦੀ ਕਮੀ ਭਾਅ ਜੀ ਬਹੁਤ ਜ਼ਿਆਦਾ ਮਹਿਸੂਸ ਕਰ ਰਹੇ ਹਾਂ ਸਾਰੀ ਜ਼ਿੰਦਗੀ ਉਹਨਾਂ ਦੀ ਕਮੀ ਨਹੀਂ ਪੂਰੀ ਹੋ ਸਕਦੀ ਅੱਜ ਉਹ ਜ਼ਿੰਦਾ ਹੁੰਦੇ ਤੇ ਸਾਨੂੰ ਕਾਹਦੀ ਲੋੜ ਹੈ ਅਸੀਂ ਖੇਡਦਿਆਂ ਨੂੰ ਵੇਖਦੇ ਦੁਬਾਰਾ ਜਵਾਨੀ 'ਚ ਆਉਂਦੇ ਦੁਬਾਰਾ ਜਵਾਨ ਹੁੰਦੇ ਭਾਅ ਜੀ ਅੱਲਾ ਪਾਕ ਉਹਨਾਂ ਦੀ ਮਗਫਰਤ ਕਰੇ ਜੀ ਜਨਤਾ ਦੇ ਘਰ ਬਣਾਵੇ ਜੀ ਬਹੁਤ ਜ਼ਿਆਦਾ ਕਮੀ ਮਹਿਸੂਸ ਹੋ ਰਹੀ ਉਹਨਾਂ ਦੀ
ਬੜੀ ਇੱਕ ਹਸਰਤ ਰਹਿ ਜਾਂਦੀ ਵੀ ਕਿਤੇ ਯਾਰ ਉਹ ਖੇਡਦੇ ਸਾਨੂੰ ਦੇਖਦੇ ਤੇ ਕਿਆ ਹੀ ਬਾਤ ਸੀ। ਹਾਂਜੀ ਬਿਲਕੁਲ ਭਾਜੀ, ਛੋਟੇ ਹੁੰਦਿਆਂ ਜ਼ਿੰਮੇਵਾਰੀਆਂ ਪੈ ਗਈਆਂ, ਅੱਲਾ ਪਾਕ ਨੇ ਜ਼ਿੰਮੇਵਾਰੀਆਂ ਤੋਂ ਕੱਢਿਆ, ਆਪਣੇ ਪੈਰ ਤੇ ਖੜਾ ਕੀਤਾ। ਜੇ ਵਾਲਦ ਸਾਹਿਬ ਹੋਰ ਹੁੰਦੇ ਅਸੀਂ ਹੋਰ ਚੰਗੇ ਹੁੰਦੇ, ਜਿਹੜੇ ਕੋਈ ਗਲਤੀਆਂ ਕੁਤਾਹੀਆਂ ਹੈ ਅਸੀਂ ਦੂਰ ਕਰਦੇ, ਤੇ ਬਸ ਇਹ ਖਵਾਇਸ਼ ਸੀ, ਨਹੀਂ ਹੈ ਅੱਲਾ ਪਾਕ ਨੂੰ ਜੋ ਮਨਜ਼ੂਰ। ਤੇ ਭਾਜੀ ਸਪੋਰਟ ਤੁਹਾਨੂੰ ਕਿਹੜੀ ਜ਼ਿਆਦਾ ਰਹੀ ਵੈਸੇ, ਜਦੋਂ ਤੁਸੀਂ ਸਟਾਰਟ ਕੀਤੀ ਖੇਡਣੀ ਵੇਟ ਦੀ ਕੋਡੀ ਸ਼ੁਰੂ 'ਚ ਸਟਾਰਟ ਕੀਤੀ, ਸਪੋਰਟ ਜ਼ਿਆਦਾ ਕਿਹਦੀ ਰਹੀ ਮੇਨ ਤੁਹਾਨੂੰ? ਭਾਜੀ ਸ਼ੁਰੂ ਤੋਂ ਸਪੋਰਟ ਕਹਿੰਦੇ ਨੇ ਆਪਣੀ ਵਾਲਦਾ ਦੀ ਸਪੋਰਟ ਰਹੀ ਆ। ਮੈਂ ਬਹੁਤ ਮਾੜੇ ਹਾਲਾਤ ਦੇਖੇ ਭਾਜੀ, ਸਹੀ ਇੰਨੇ ਕੁ ਮਾੜੇ ਹਾਲਾਤ ਦਿੱਤੇ ਆ ਕਿ ਮੈਂ ਸਕੂਲ ਵੀ ਜਾਂਦਾ ਹੁੰਦਾ ਸੀ, ਨਵੀਂ ਅੱਠਵੀਂ ਨਵੀਂ ਪੜ੍ਹਦਾ ਹੁੰਦਾ ਸੀ, ਅੱਧੀ ਟਾਈਮ ਛੁੱਟੀ ਹੁੰਦੀ ਸੀ, ਮੈਂ ਸਕੂਲੇ ਆਣ ਕੇ ਸ਼ਹਿਰ ਜਾਣਾ, ਮਿਹਨਤ ਮਜ਼ਦੂਰੀ ਕਰਨੀ, ਚਾਹਲੇ ਹੋਟਲ 'ਤੇ ਵੀ ਮੈਂ ਕੰਮ ਕੀਤਾ। ਜਿਸ ਦਿਨ ਮੈਂ ਚਾਹਲੇ ਹੋਟਲ 'ਤੇ ਕੰਮ ਕੀਤਾ ਉਦੋਂ ਮੈਂ ਪਹਿਲੇ ਦਿਨ 15 ਰੁਪਏ ਦਿਹਾੜੀ ਲਈ ਸੀ, ਸਹੀ। ਫਿਰ ਮੈਂ ਫੈਕਟਰੀ 'ਚ ਵੀ ਕੰਮ ਕੀਤਾ, ਉਦੋਂ 120 ਰੁਪਏ ਦਿਹਾੜੀ ਹੁੰਦੀ ਸੀ। ਫਿਰ ਮੈਂ ਮਾਰਕੀਟ, ਪੱਲੇਦਾਰੀ, ਮਿਹਨਤ ਮਜ਼ਦੂਰੀ ਮੈਂ ਬਹੁਤ ਕੀਤੀ ਹੈ। ਅਸੀਂ ਕਬੱਡੀ ਦਾ ਸ਼ੌਕ ਸੀ, ਇਹ ਨਹੀਂ ਅੰਦਰੋਂ ਮੁੱਕਿਆ, ਅਤੇ ਆਸਤਾ ਆਸਤਾ ਅੱਲਾ ਪਾਕ ਨੇ ਦਿਨ ਤੋਂ ਦਿਨ ਫੇਰਦਾ ਰਿਹਾ, ਬਿਹਤਰੀ ਹੁੰਦੀ ਰਹੀ, ਅਤੇ ਅੱਜ ਅੱਲਾ ਪਾਕ ਨੇ ਇਸ ਮੁਕਾਮ 'ਤੇ ਲੈ ਕੇ ਆਇਆ। ਇਹ ਭਾਜੀ ਖਾਨਦਾਨੀ ਵੀ ਯਾਨੀ ਤੁਹਾਡੇ ਖੂਨ 'ਚ ਵੀ ਕਬੱਡੀ ਹੈਗੀ ਸੀ ਕਿ ਜਾਂ ਸਟਾਰਟ ਸਿੱਖਣੀ ਪਈ ਸਾਰਾ ਯਾਨੀ ਤੁਹਾਨੂੰ? ਨਹੀਂ ਭਾਜੀ, ਇਹ ਸਾਡੇ ਨਾ ਖਾਨਦਾਨ ਤੋਂ ਕਬੱਡੀ ਮਤਲਬ ਇੱਦਾਂ ਸਟਾਰਟ ਹੁੰਦੀ, ਜੇ ਕੋਈ ਲੜਕਾ ਸਾਡੇ ਕੋਲ ਨਵਾਂ ਭਰਤੀ ਆਣ ਕੇ ਮਿਹਨਤ ਕਰਦਾ ਨਾ ਕਬੱਡੀ ਖੇਡਦਾ, ਉਹਨੂੰ ਕੋਈ ਤਕਰੀਬਨ 2-3 ਸਾਲ ਲੱਗਣਗੇ, ਅਤੇ ਸਾਡਾ ਜਿਹੜਾ ਵੀ ਮੁੰਡਾ ਖਾਨਦਾਨ ਦਾ ਹੋਏਗਾ, ਚਾਚੇ ਤਾਇਆਂ 'ਚ ਕਜ਼ਨਾਂ 'ਚ, ਉਹ 1-2 ਸਾਲ 'ਚ ਨਾ ਕਬੱਡੀ ਸਿੱਖ ਜਾਂਦਾ ਆ। ਕੁਦਰਤ ਵੱਲੋਂ ਕੋਈ ਟੈਲੈਂਟ ਆ ਰੱਬ ਵੱਲੋਂ, ਅਤੇ ਫੈਮਿਲੀ ਦਿੱਤਾ ਰੱਬ ਨੇ ਕਿ ਜਿਹੜਾ ਵੀ ਸਾਡੇ ਖਾਨਦਾਨ ਦਾ ਬੰਦਾ ਆ ਉਹ ਛੇਤੀ ਸਿੱਖ ਜਾਂਦਾ। ਤੁਸੀਂ ਭਾਜੀ ਕਿਹੜੇ ਮਹਿਕਮੇ 'ਚ ਖੇਡ ਰਹੇ ਆ? ਮੈਂ ਭਾਜੀ ਇਸ ਟਾਈਮ ਏਅਰਫੋਰਸ ਵੱਲੋਂ ਖੇਡ ਰਿਹਾ ਜੀ। ਸਹੀ, ਹਾਂਜੀ ਏਅਰਫੋਰਸ ਵੱਲੋਂ। ਅਤੇ ਨੈਸ਼ਨਲ 'ਚ ਭਾਜੀ ਤੁਸੀਂ, ਨੈਸ਼ਨਲ ਹੋਈ ਜਿਹੜੀ ਲੋੜ 'ਚ ਕਿ ਦਫਾ ਇਸ ਦਫਾ ਯਾਨੀ ਖੇਡਣਾ ਸੀ ਤੁਸੀਂ ਜੁਆਇਨ ਕੀਤੀ ਏਅਰਫੋਰਸ ਯਾਨੀ? ਹਾਂਜੀ। ਅਤੇ ਮੈਚ ਯਾਨੀ ਤੁਸੀਂ ਨਹੀਂ ਖੇਡੇ ਹੈਗੇ ਏਅਰਫੋਰਸ ਦੇ, ਇੱਕ ਫਾਈਨਲ 'ਚ ਜਾ ਕੇ ਖੇਡੇ, ਇਹ ਕੀ ਵਜ੍ਹਾ ਬਣੀ? ਭਾਅ ਜੀ ਇਹ ਸਾਰੀ ਦੁਨੀਆ ਨੂੰ ਪਤਾ ਜੋ ਮਸਲੇ ਮਸਾਇਲ ਬਣੇ ਸੀ ਨੈਸ਼ਨਲ ਦੇ ਉੱਤੇ, ਮੈਨੂੰ ਪਤਾ ਜਾਂ ਮੇਰੇ ਖੁਦਾ ਨੂੰ ਪਤਾ, ਉਸ ਜਿਹੜਾ ਵਕਤ ਸੀ ਉਹ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ। ਚਲੋ ਜਿੰਨੇ ਵੀ ਮੇਰੇ ਨਾਲ ਕੀਤਾ ਰੱਬ ਉਹਦਾ ਭਲਾ ਕਰੇ, ਮੈਂ ਉਹ ਨਾਲ ਆਉਣਾ ਨਹੀਂ ਚਾਹੁੰਦਾ, ਹਰ ਬੰਦੇ ਨੂੰ ਪਤਾ ਕੀ ਹਾਲਾਤ ਸੀ ਕੀ ਸੀ, ਬਸ ਇਹ ਹੈ ਸੀ ਕਿ ਭੈਣ ਭਰਾਵਾਂ ਦੀਆਂ ਮਾਂ ਪਿਓ ਦੀਆਂ ਦੁਆਵਾਂ ਨਾਲ ਸੀ ਕਿ ਅੱਲਾ ਪਾਕ ਨੈਸ਼ਨਲ ਖਿਲਾਈ। ਏਅਰਫੋਰਸ ਜੁਆਇਨ ਕੀਤੀ, ਇਸ ਬਾਰੇ ਕੀ ਕਹੋਗੇ? ਹਾਂਜੀ ਭਾਈ, ਮੈਂ ਏਅਰਫੋਰਸ ਜੁਆਇਨ ਕੀਤੀ ਆ ਜੀ। ਮੈਂ ਆਪਣੇ ਕੋਚ ਫਰਿਆਦ ਦਾ ਸ਼ੁਕਰੀਆ ਅਦਾ ਕਰਦਾ, ਭਾਈ ਮਾਨੇ ਦਾ ਸ਼ੁਕਰੀਆ ਅਦਾ ਕਰਦਾ, ਜਿਹਨਾਂ ਨੇ ਮੇਰੇ 'ਤੇ ਇਤਮਾਦ ਕੀਤਾ, ਮੈਨੂੰ ਏਅਰਫੋਰਸ 'ਚ ਭਰਤੀ ਕਰਾਇਆ। ਅਤੇ ਇੰਨੇ ਮੁਸ਼ਕਿਲ ਹਾਲਾਤ ਸੀ ਭਾਜੀ ਉਸ ਟਾਈਮ ਨੈਸ਼ਨਲ ਦੇ ਉੱਤੇ ਕਿ ਕੋਈ ਬੰਦਾ ਨਹੀਂ ਕਹਿ ਸਕਦਾ ਕਿ ਮਤਲਬ ਮੈਂ ਨੈਸ਼ਨਲ ਖੇਡੇਗਾ, ਏਅਰਫੋਰਸ ਭਰਤੀ ਨਹੀਂ ਹੋ ਸਕਦਾ। ਫਿਰ ਵੀ ਇਸ ਹਾਲਾਤ ਦੇ ਵਿੱਚ ਮੈਂ ਜੀ ਥੈਂਕ ਯੂ ਅਦਾ ਕਰਦਾ ਆਪਣੇ ਕੋਚ ਫਰਿਆਦ ਅਲੀ ਜੱਟ ਦਾ ਅਤੇ ਭਾਈ ਮਾਨੇ ਦਾ, ਜਿਹਨਾਂ ਨੇ ਇੰਨੇ ਔਖੇ ਮੁਸ਼ਕਲ ਟਾਈਮ 'ਚ ਮੇਰੇ ਨਾਲ ਖੜ੍ਹੇ ਹੋਏ, ਮੈਨੂੰ ਸਹਾਰਾ ਦਿੱਤਾ ਉਹਨਾਂ ਨੇ ਅਤੇ ਮੈਨੂੰ ਭਰਤੀ ਕੀਤਾ। ਭਾਜੀ ਦੁਨੀਆ ਤੁਹਾਨੂੰ ਜੰਗੀ ਘੋੜੇ ਦੇ ਨਾਂ ਤੋਂ ਜਾਣਦੀ, ਇਹ ਖਿਤਾਬ ਕਿੱਦਾਂ ਮਿਲਿਆ ਤੁਹਾਨੂੰ? ਇਹ ਭਾਜੀ ਮੈਨੂੰ ਨਾ ਭਾਈ ਤਨਵੀਰ ਬਿੱਲੇ ਨੇ ਖਿਤਾਬ ਦਿੱਤਾ ਸੀ ਕਿ ਇਹ ਮੈਚ ਨੀਗਾ ਖੇਡਦਾ, ਰੋਜ਼ਾਨਾ ਮੈਚ ਡੇਲੀ ਮੈਚ ਖੇਡਦਾ ਰਹਿੰਦਾ, ਥੱਕਦਾ ਨੀਗਾ, ਉਹਨੇ ਮੈਨੂੰ ਜੰਗੀ ਘੋੜੇ ਦਾ ਖਿਤਾਬ ਦਿੱਤਾ ਜੀ। ਉਸ ਤੋਂ ਬਾਅਦ 2018 'ਚ ਮੈਂ ਕੈਨੇਡਾ ਗਿਆ ਸੀ, ਉੱਥੇ ਜਾ ਕੇ ਫਿਰ ਸਿੱਖਾਂ ਨੇ ਵੀ ਮੇਰਾ ਇਹੀ ਨਾਂ ਲਿਆ, ਉੱਥੋਂ ਫਿਰ ਮੇਰਾ ਨਾਂ, ਹਾਂਜੀ ਉੱਥੇ ਫਿਰ ਕੈਨੇਡਾ ਹੀ ਮੇਰਾ ਨਾਂ ਪੱਕਾ ਹੀ ਪੈ ਗਿਆ ਜੀ। ਹਾਂਜੀ ਭਾਜੀ, ਭਾਜੀ ਤਿਆਰੀ ਆ ਕਿਹੜੀ ਟ੍ਰੇਨ ਆਪਾਂ ਉਹ ਕਿਤੋਂ ਭਾਈ ਅੱਜ ਕੱਲ੍ਹ ਕਰਦੇ ਤੁਸੀਂ? ਮੈਂ ਇੱਥੇ ਭਾਈ ਇਮਤਿਆਜ਼ ਕੋਲ ਟ੍ਰੇਨ ਕਰਦਾ ਜੀ। ਇਮਤਿਆਜ਼ ਆਲਮ? ਹਾਂਜੀ ਹਾਂਜੀ, ਪਿੰਡ ਹੀ। ਉਹ ਤੁਹਾਡਾ ਇਸ ਟਾਈਮ ਪਿੰਡ ਵਾਲਾ ਭਾ, ਤੁਹਾਡਾ ਕਲੱਬ ਕਿਹੜਾ ਵਾ ਭਾਜੀ? ਹਾਂਜੀ ਮੇਰਾ ਪਿੰਡਾਂ ਸਾਹਿਬ ਦਾ ਕਲੱਬ ਆਪਣਾ ਹੈ, ਆਜ਼ਾਦ ਕਬੱਡੀ ਕਲੱਬ, ਉਸਤਾਦ ਬਾਇਆ ਇਮਰਾਨ ਜੱਟ ਅਤੇ ਉਸਤਾਦ ਗੁਫਾਰ ਫਾਰੀ ਗੁੱਜਰ, ਇਹ ਆਪਣੇ ਕੋਚਾ ਕਲੱਬ ਦੇ, ਅਤੇ ਆਪਣਾ ਕਲੱਬ ਆ ਪਿੰਡਾਂ ਸਾਹਿਬ ਦੀ ਕਬੱਡੀ, ਅਸੀਂ ਆਜ਼ਾਦ ਕਬੱਡੀ ਕਲੱਬ ਵੱਲੋਂ ਖੇਡਦੇ ਹਾਂ। ਬੜੀ ਦੇਰ ਦਾ ਤਗੜਾ ਕਲੱਬ ਖੇਲਣ ਡਿਆ ਤੁਹਾਡਾ? ਹਾਂਜੀ ਹਾਂਜੀ ਭਾਈ, ਬਾਬਾ ਦੇਰ ਦਾ ਮਾਸ਼ਾਅੱਲਾ, ਅੱਲਾ ਪਾਕ ਨੇ ਤੰਦਰੁਸਤੀ ਰੱਖੇ ਕੋਚਾਂ ਦੀ, ਨਾਲ ਪਲੇਅਰ ਆ ਜਿਹੜੇ ਖੇਡਦੇ ਆ। ਇੱਕ ਯੰਗ ਸਟਾਰ ਮੁੰਡਾ ਸ਼ੋਕ ਸੱਪਾ ਲਾ, ਉਹ ਵੀ ਬੜਾ ਤਗੜਾ ਖੇਲਣ ਡਿਆ ਵਾ, ਉਹਦੇ ਬਾਰੇ ਕੀ ਕਹੋਗੇ? ਹਾਂਜੀ ਮਾਸ਼ਾਅੱਲਾ ਬਹੁਤ ਅੱਛਾ ਮੁੰਡਾ ਜੀ, ਮਾਸ਼ਾਅੱਲਾ ਉਹਦੀ ਤਾਂ ਹਰ ਬੰਦਾ ਹੀ ਮਿਸਾਲ ਦੇ ਸਕਦਾ ਕਿ ਇੱਕ ਬੰਦਾ ਇਸ ਲੈਵਲ ਤੋਂ ਉੱਠ ਕੇ, ਅੱਲਾ ਪਾਕ ਦੀ ਦੇਣ ਆ ਕਿ ਇਸ ਲੈਵਲ ਤੋਂ ਉੱਠ ਕੇ ਇੰਨੇ ਗਰੀਬ ਘਰ ਦੇ ਵਿੱਚੋਂ ਮੰਗ ਕੇ ਜੰਜਾ ਚੁੱਕ ਕੇ ਕਬੱਡੀ ਖੇਡਦਾ, ਜਿਹੜਾ ਬੰਦਾ ਘਰੋਂ ਵਸੈਲ ਵੀ ਹੋਣ ਮਿਹਨਤ ਵਾਲਾ ਬੰਦਾ, ਵੀ ਅੱਲਾ ਪਾਕ ਇਹ ਆ ਕਿ ਅੱਲਾ ਪਾਕ ਜੀ ਉਸ ਬੰਦੇ ਨੂੰ ਇੰਨੀ ਇੱਜ਼ਤ ਇੰਨੀ ਦੇ ਸਕਦਾ ਉਹਦੀ ਮਿਹਨਤ, ਹਰ ਬੰਦਾ ਮਿਹਨਤ ਕਰੇ ਅੱਲਾ ਪਾਕ ਹਰ ਬੰਦੇ ਨੂੰ ਉਹਦੀ ਮਿਹਨਤ ਦਾ ਸਿਲਾ ਦਿੰਦਾ, ਅਤੇ ਬਹੁਤ ਅੱਛਾ ਇਸ ਟਾਈਮ ਖੇਡਣ ਦੇ ਅੱਲਾ ਪਾਕ ਦੀ ਤੰਦਰੁਸਤੀ ਰੱਖੇ, ਤੇ ਮਿਹਨਤ ਵੀ ਮੁੰਡਾ ਬਹੁਤ ਕਰਦਾ ਹੁੰਦਾ, ਸਾਡੇ ਕਿਤੇ ਮਿਹਨਤ ਕਰਦਾ ਹੁੰਦਾ ਸੀ। ਓਏ ਤੁਹਾਡੇ ਤੋਂ ਕਿੰਨੇ ਕੁ ਭਾ ਸ਼ੋਕ ਸੱਪਾਲਾ ਤਿਆਰੀ ਕਰਦਾ, ਕਿੰਨੇ ਡੰਡ ਡੁੰਡ ਮਾਰਦਾ ਭਾ? ਇਹ ਭਾਈ ਹੁਣ ਤੇ ਮਿਹਨਤ ਕਰਦਾ ਹੀ ਨੀਗਾ,
पहलो मेहनत बहुत ज्यादा करता हुंदा सी, इहने तीन तीन टाइम मेहनत करनी, दुपहरे भी करनी, सुबह भी करनी, शाम भी करनी, ते शाम नूं इहने मेहनत करके भाई इमतियाज होरां घर जाके बह जाणा, उत्थे रोटी पानी खा के सो जाणा। हुण मेहनत नहीं करदा, मेहनत करनी चाहीदी, होर मेहनत करे होर चंगा हो जाए, हुण वी बहुत चंगा माशाअल्लाह, इहनूं होर ज्यादा मेहनत करनी चाहीदी। कसम रब ने पा उहनूं पता ना इदां इहदा पकड़ंग जां पांदा ते नाल ही पासा इहनूं मुद्दा कर दिंदा। इह भाई इमतियाज ने ना जदों इंडिया गया सी ना, भाई इमतियाज 2010-11 च वर्ल्ड कप खेडे सी, उदों उहने उत्थे इंडिया दे दा आण के वेखे सी मंगी होणा दे अग्गे पिछे ना, ओह आण के उहनूं दस्से उहने आण के उद्दे उहने उहदी कापी कीती ते ओह मारन लग पिया इत्थे आण। हांजी, ते भाई मुजम्मल वैसे तुहानूं मैच ज़्यादा मज़ा किहड़ा आउंदा, विलेज सिस्टम खेलण दा जां जिहड़े ओपन मैच हुंदे उहनां ते ज़्यादा कोड़ी पाउण दा मज़ा आउंदा? ਭਾਅ ਜੀ ਜ਼ਿਆਦਾ ਮਜ਼ਾ ਆਉਂਦਾ ਜਿਹੜੇ ਕਲੱਬਾਂ ਦੇ ਮੈਚ ਹੋਣ, ਪਾਰਟੀਆਂ ਬਾਜ਼ੀਆਂ ਦੇ, ਉਹਨਾਂ ਮੈਚਾਂ ਦਾ ਆਪਣੇ ਮਜ਼ਾ ਆਉਂਦਾ, ਪਲੇਅਰ ਨੂੰ ਖੇਡਣ ਦਾ ਵੀ ਮਜ਼ਾ ਆਉਂਦਾ, ਕਿਉਂਕਿ ਪਾਰਟੀ ਬਾਜ਼ੀ ਦੇ ਮੈਚ ਹੁੰਦੇ ਉਹ 'ਚ ਬੰਦਾ ਜ਼ੋਰ ਵੀ ਸੋਹਣਾ ਮਾਰਦਾ, ਉਹ 'ਚ ਬੰਦੇ ਦਾ ਨਾਂ ਨਿਕਲਦਾ, ਬੰਦੇ ਦੀ ਇੱਜ਼ਤ ਬਣਦੀ, ਬੰਦਾ ਇੱਕ ਮੁਕਾਮ ਇੱਕ ਮਿਆਰ ਬਣਦਾ ਉਸ ਕਲੱਬ ਟੀਮਾਂ 'ਚ। ਅਤੇ ਮੁਜ਼ੰਮਲ ਭਾਅ ਅੱਗੇ ਤੁਸੀਂ ਕੈਨੇਡਾ ਦਾ ਵੀ ਟੂਰ ਕੀਤਾ, ਅਤੇ ਅੱਗੇ ਆਉਣ ਵਾਲੇ ਟਾਈਮ 'ਚ ਵੀ ਕੋਈ ਟੂਰ ਦਾ ਹੈ, ਕੋਈ ਕੀ ਹਿਸਾਬ ਕਿਤਾਬ ਆ? ਹਾਂਜੀ ਭਾਅ ਜੀ, ਮੇਰੇ ਮਾਸ਼ਾਅੱਲਾ 3 ਟੂਰ ਹੈ, ਅੱਗੇ ਵੀ ਇੰਡੀਆ ਦਾ, ਇਰਾਨ ਦਾ, ਕੈਨੇਡਾ ਦਾ, ਅਤੇ ਐਰ ਕੇ ਵੀ ਆਪਣੇ ਲੱਗੇ ਆ ਇੰਗਲੈਂਡ ਵਾਲੇ, ਅਤੇ ਇੰਗਲੈਂਡ ਵਾਲੇ ਕਹਿੰਦੇ ਸਾਡੇ ਵੱਲੋਂ ਖੇਡ ਕਲੱਬ ਵਾਲੇ, ਸਲੋਅ ਕਬੱਡੀ ਕਲੱਬ ਵਾਲੇ, ਅਤੇ ਉਹ ਵੀ ਲੱਗੇ ਆ, ਕੈਨੇਡਾ ਵਾਲੇ ਵੀ ਆ, ਅਤੇ ਇਨਸ਼ਾਅੱਲਾ ਵੇਖੋ ਹੁਣ ਕਿੱਧਰ ਜਾਂਦੇ, ਜਿਹਦੇ ਨਸੀਬ 'ਚ ਦਾਣਾ ਪਾਣੀ ਹੋਇਆ ਤਾਂ ਇਨਸ਼ਾਅੱਲਾ ਜ਼ਰੂਰ ਜਾਵਾਂਗੇ। ਬਿਲਕੁਲ, ਕਾਫੀ ਦੇਰ ਬਾਅਦ ਨਾਲੇ ਬਾਹਰ ਵੀ ਕਬੱਡੀ ਹੋਣ ਲੱਗੀ। ਹਾਂਜੀ, ਆ ਕਰੋਨਾ ਦਾ ਕਰਕੇ ਬੜੇ ਮਸਲੇ ਮਸਾਇਲ ਬਣੇ ਸੀ। ਭਾਅ ਜੀ ਮੈਂ ਕਿਹਾ ਤੁਹਾਡੇ ਭਾਅ ਜੀ ਇਸ ਟਾਈਮ ਭਾਅ ਜੀ ਫੇਵਰੇਟ ਕਿਹੜੇ ਇਸ ਟਾਈਮ ਮਾਸ਼ਾਅੱਲਾ ਚੜ੍ਹਦੀ ਕਲਾ ਜੀ, ਤੁਹਾਡਾ ਭਾਅ ਜੀ ਸਾਈ ਕਿਹੜਾ ਫੇਵਰੇਟ ਕੌਣ ਆ ਭਾਅ ਜੀ? ਛੋਟਿਆਂ ਮੁੰਡਿਆਂ ਕਿ ਵੱਡਿਆਂ 'ਚੋਂ? ਆਹ ਹੁਣ ਕਿਹੜੇ ਭਾਅ ਜੀ ਇਸ ਟਾਈਮ ਸੁਪਰ ਸਟਾਰ ਚੰਗੇ? ਇਹਦਾ ਭਾਅ ਜੀ ਆਪਣੇ ਆਪਾਂ ਆਪਣੇ ਜਾਫੀ ਲੱਗਦਾ ਮਸ਼ਰੂ ਜੀ ਜਜਵਾ। ਹਾਂਜੀ, ਉਹ ਨਹੀਂ ਉਹਦਾ ਭਾਅ ਪੁਰਾਣੇ ਹੋ ਗਏ ਨਾ, ਨਵਿਆਂ 'ਚੋਂ? ਨਵਿਆਂ ਮੁੰਡਿਆਂ 'ਚ ਸਾਰੇ ਆਈਟਮ ਪੁਰਾਣੇ ਆ, ਨਵੇਂ ਨਾਲ ਜੀ ਖੇਡੇ ਇਹ ਭਾਅ ਨਵੇਂ ਆ, ਨਫੀਸ ਹੋ ਗਿਆ, ਮਾਨੀ ਮੱਲੀ ਹੋ ਗਿਆ। ਹਾਂ, ਨਫੀਸ ਆਪਣਾ ਬੈਸਟ ਜਾਫੀ ਆ। ਹਾਂਜੀ, ਸਾਈਆਂ 'ਚੋਂ? ਹਾਂ, ਸਾਈਆਂ 'ਚ ਆਪਣਾ ਹੀਰਾ ਬੱਟ ਵੀ ਆ। ਨਵਿਆਂ 'ਚ ਮੁੰਡੇ ਦੋ ਮੁੰਡੇ ਚੰਗੇ ਉੱਠ ਰਹੇ ਆ, ਜਿਹੜੇ ਅੱਲਾ ਪਾਕ ਤੰਦਰੁਸਤ ਰੱਖੇ। ਇੱਕ ਮੁੰਡਾ ਹਾਜੀ ਸਲਮਾਨ ਮੁਗਲ ਆ, ਮੁੰਡੇ ਪਿੰਡ ਵਾਲਾ, ਉਹ ਵੀ ਮੁੰਡਾ ਯੰਗ ਮੁੰਡੇ ਚੰਗਾ ਉੱਠ ਰਿਹਾ ਆ। ਇੱਕ ਆਪਣੇ ਛਾਨੇ ਸਿਆਲ ਦਾ ਭਰਾ ਖਬਰ, ਉਹ ਵੀ ਚੰਗਾ ਇਸ ਟਾਈਮ ਮੁੰਡਿਆਂ 'ਚ। ਨਵਿਆਂ ਮੁੰਡੇ ਇਹੀ ਦੋ ਮੁੰਡੇ ਮੈਨੂੰ ਨਜ਼ਰ ਆਏ ਆ ਕਿ ਜਿਹੜੇ ਇਨਸ਼ਾਅੱਲਾ ਉਹਨਾਂ ਵਾਲੇ ਵਕਤ 'ਚ ਸਟਾਰ ਬਣਨਗੇ। ਸਾਨੂੰ ਭਾਈ ਆਪਾਂ ਦੁੱਲਾ ਸਾਈਆਂ ਚੋਂ ਪਾ ਦੁੱਲਾ ਤੇ ਜਾਫੀ ਆ ਆਪਣੂੰ ਪਾਲਾ। ਹਾਏ ਪਾ ਸੱਚ, ਤੁਸੀਂ ਮੇਰੇ ਵਾਲੀ ਗੱਲ ਦੇਖਦੇ ਰਹਿੰਦੇ ਭਾਜੀ ਮੈਚ ਇੰਡੀਆ ਦੇ? ਹਾਂਜੀ ਹਾਂਜੀ, ਮੈਂ ਵੇਖਦੇ ਰਹੀ ਤੇ ਗੱਲਬਾਤ ਹੁੰਦੀ ਰਹਿੰਦੀ ਆ ਦੁੱਲੇ ਹੋਣਾਂ ਨਾਲ ਵੀ, ਫਰਿਆਦ ਹੋਣਾਂ ਨਾਲ, ਮਾਨ ਸਿੰਘ ਆ ਮੁੰਡਾ ਆਪਣਾ ਦੋਸਤ, ਇੱਥੇ ਕਾਫੀ ਮੁੰਡਿਆਂ ਨਾਲ ਆਪਣੀ ਗੱਪਸ਼ਪ ਹੁੰਦੀ ਰਹਿੰਦੀ ਹੈ। ਕਬੱਡੀ ਦਾ ਬਹੁਤ ਜ਼ਿਆਦਾ ਫਰਕ ਆ ਭਾਜੀ, ਮਸਲ ਇਹ ਆ ਕਿ ਉੱਥੇ ਫੈਡਰੇਸ਼ਨਾਂ ਬਣੀਆਂ, ਟੂਰਨਾਮੈਂਟ ਹੁੰਦੇ, ਡੇਲੀ ਟੂਰਨਾਮੈਂਟ ਹੁੰਦੇ ਆ, ਸਾਡੇ ਇੱਥੇ ਫੈਡਰੇਸ਼ਨ ਬਣੀ ਆ, ਜ਼ਿਆਦਾ ਟੂਰਨਾਮੈਂਟ ਕਰਵਾਉਣੇ ਚਾਹੀਦੇ ਆ, ਕਲੱਬ 3-4 ਹੈ, ਮੈਚ ਕਬੱਡੀ ਘੱਟ ਆ ਪਾਕਿਸਤਾਨ, ਜੇ ਕਬੱਡੀ ਹੈ ਵੀ ਆ ਤਾਂ ਇੱਕ ਅੱਧਾ ਮੈਚ ਆ, ਵੱਡੇ ਟੂਰਨਾਮੈਂਟ ਹੋਣੇ ਚਾਹੀਦੇ ਆ, ਕੋਈ 4-5 ਕਲੱਬ ਹੋਣੇ ਚਾਹੀਦੇ, ਇੱਕ ਦਿਨ 'ਚ ਖਤਮ ਕਰਨ ਟੂਰਨਾਮੈਂਟ, ਅਸੀਂ ਇੱਕ ਮੈਚ ਇੱਕ ਦਿਨ 'ਚ ਇੱਕ ਮੈਚ ਕਰਵਾਉਂਦੇ ਆ, ਇੰਡੀਆ ਵਿੱਚ ਟੂਰਨਾਮੈਂਟ ਹੁੰਦਾ 8 ਕਲੱਬ ਹੁੰਦੇ ਆ, ਉਹਨੇ ਸੁਬਹਾ ਨੂੰ ਕਰਾਉਣਾ 9-10 ਵਜੇ, ਸ਼ਾਮ ਨੂੰ 5-7 ਵਜੇ ਲਾਈਟਾਂ ਲਾ ਕੇ ਮੈਚ ਖਤਮ ਕਰ ਦੇਣਾ, ਉਹ ਫਿਰ ਮਿਹਨਤ ਵੀ ਮੁੰਡੇ ਜ਼ਿਆਦਾ ਹੋ ਜਾਂਦੀ ਆ, ਪੈਸਾ ਵੀ ਜ਼ਿਆਦਾ ਕਮਾ ਲੈਂਦੇ ਆ, ਅਤੇ ਕਬੱਡੀ ਵੀ ਜ਼ਿਆਦਾ ਹੁੰਦੀ ਆ। ਸਾਡੇ ਇੱਥੇ ਇੱਕ ਮੈਚ ਹੁੰਦਾ, ਉਹ ਵੀ ਸ਼ਾਮ ਨੂੰ ਪੂਰਾ ਨਿਗਾ ਹੁੰਦਾ, ਰੌਲਾ ਪੈ ਗਿਆ, ਬਾਂਬ ਦਾ ਮਸਲਾ ਬਣ ਗਿਆ, ਪਾਣੀ ਦਾ ਮਸਲਾ ਬਣ ਗਿਆ, ਉਹ ਵੀ ਅੱਖਾਂ 'ਚ ਮਿੱਟੀ ਪਾਉਣ ਵਾਲਾ ਕੰਮ ਹੁੰਦਾ। ਹਾਂਜੀ, ਇਹਦੇ ਸਾਡੀ ਗੌਰਮੈਂਟ ਨੂੰ ਚਾਹੀਦਾ, ਸਾਡੀ ਫੈਡਰੇਸ਼ਨ ਨੂੰ ਚਾਹੀਦਾ ਕਿ ਜ਼ਿਆਦਾ ਜ਼ਿਆਦਾ ਟੂਰਨਾਮੈਂਟ ਕਰਵਾਉਣ, ਨਵੇਂ ਮੁੰਡੇ ਅੱਗੇ ਆਉਣ, ਨਵਿਆਂ ਮੁੰਡਿਆਂ ਦਾ ਫਾਇਦਾ ਹੋਵੇ, ਹੋਰ ਕਬੱਡੀ ਸਾਡੀ ਪਾਕਿਸਤਾਨ ਉੱਤੇ ਜਾਵੇ। ਭਾਅ ਇੱਕ ਭਾਅ ਮਾਸ਼ਾਅੱਲਾ ਭਾਅ ਤੇਰਾ ਭਰਾ ਵਿਕਾਸ ਬੂਟਾ ਬਾਅਦ ਭਾਅ ਮਾਸ਼ਾਅੱਲਾ ਖਲੋਤਾ ਭਾਅ ਇਹਦੇ ਭਾਬਾ ਵਾ ਕਿਵੇਂ ਤਕਰੀਬਨ 2 ਸਾਲ ਹੋ ਗਏ ਭਾਅ ਚਮਕਿਆ ਨਹੀਂ ਭਾਅ, ਪਤਾ ਨਹੀਂ ਕੀ ਗੱਲ ਇਹਨੂੰ, ਕੀ ਵਜ੍ਹਾ ਭਾਅ ਜੀ ਵਿਕਾਸ ਯਾਨੀ ਮੈਚ ਇੰਜਰੀ ਹੋਈ ਅਤੇ ਕੀ ਸੂਰਤ ਹਾਲ ਆ ਹੁਣ? ਹਾਂਜੀ ਭਾਅ ਜੀ, ਦੇਰ ਹੋ ਗਈ ਯਾਨੀ? ਹਾਂਜੀ ਮਾਸ਼ਾਅੱਲਾ ਬਹੁਤ ਚੰਗੇ ਸੀ, ਮਿਹਨਤ ਖੇਡਦੇ ਹੁੰਦੇ ਸੀ, ਅਤੇ ਉੱਠ ਪਏ ਜੀ ਬੜਾ ਸਹਾਰਾ, ਬਸ ਇੰਜਰੀ ਹੋਈ ਆ ਗੋਡੇ 'ਤੇ, ਅਤੇ ਉਹ ਤਕਰੀਬਨ ਉਹਦੀ ਰੈਸਟ ਕਰ ਰਿਹਾ ਤਕਰੀਬਨ 6 ਮਹੀਨੇ ਸਾਲ ਤੋਂ ਨਾ, ਅਤੇ ਦੁਆ ਕਰੋ ਅੱਲਾ ਪਾਕ ਨੂੰ ਤੰਦਰੁਸਤੀ ਦੇਵੇ ਅਤੇ ਦੁਬਾਰਾ ਗਰਾਊਂਡਾਂ 'ਚ ਆਵੇ ਇਨਸ਼ਾਅੱਲਾ, ਅੱਲਾ ਖੈਰ ਕਰੇ। ਇਹ ਕਿ ਭਾਅ ਜੀ ਮਾਸ਼ਾਅੱਲਾ ਤਕੜੇ ਖੇਡਦੇ ਅਤੇ ਬੜਾ ਆਸਰਾ ਹੋ ਜਾਂਦਾ ਹੋਣਾ ਵੈਸੇ? ਬਿਲਕੁਲ ਜੀ, ਇਹਦਾ ਖੇਡਣ ਦਾ ਸਹਾਰਾ ਜੀ ਅੱਲਾ ਪਾਕ ਜਨਤ ਨਸੀਬ ਕਰੇ, ਬਾਬਾ ਸਲੀਮ ਸੀ ਛਜਵਾਲ ਵਾਲੇ ਜੀ, ਉਹ ਵਾਲਾ ਸਾਹਿਬ ਦੇ ਬਹੁਤ ਅੱਛੇ ਦੋਸਤ ਸੀ, ਤਕਰੀਬਨ ਵਿਕਾਸ ਨੂੰ ਛੋਟੇ ਹੁੰਦੇ ਨਾਲ ਲੈ ਕੇ ਸੀ ਉੱਥੇ ਆਪਣੇ ਕੋਲ, ਉਹਨਾਂ ਨੇ ਉੱਥੇ ਇਹਨੂੰ 10 ਕਰਾਈਆਂ, ਕਬੱਡੀ ਖਿਲਾਈ, ਕਬੱਡੀ 'ਚ ਖਿਲਾਇਆ, ਇਹ ਸਹਾਰਾ ਜੀ ਉਹਨਾਂ ਦਾ ਜੀ, ਬਥੇਰਾ ਇਹਨੂੰ ਕਹਿੰਦੇ ਕਿ ਮਿਹਨਤ ਕਰਿਆ ਕਰ ਕੇ ਬਾਬੇ ਸਲੀਮ ਦੀ ਕਬਰ ਨੂੰ
ਸਕੂਨ ਮਿਲੇ ਜਾਗ ਉਹਦੀ ਇੱਕ ਖਵਾਇਸ਼ ਸੀ ਕਿ ਮੈਂ ਬੂਟੇ ਦਾ ਮੁੰਡਾ ਤਿਆਰ ਕਰਨਾ ਉਹਨੂੰ ਪਲੇਅਰ ਬਣਾਉਣਾ ਅਤੇ ਤੂੰ ਹੁਣ ਉਹ ਮਿਹਨਤ ਕਰ ਉਹਦਾ ਜਿਹੜਾ ਵੀ ਸੁਪਨਾ ਖਵਾਇਆ ਸੀ ਪੂਰੀ ਕਰ दो तीन मैच देखना तेरे नाल पब का पाजा मसला पा कोडी पा तेरे नाल हां जी भत्त है भी तगड़ा पा जिसम तो भी तगड़ा पा ना पब का था ढिड वा पा अपना माड़ा मोड़ा तेरा भी पा है वा ढिड एक पा तू ना पा चुड़े जिसम का पा कह रहे वजूदा वा ਪ੍ਰਮੋਟਰ ਜਿਹੜੇ ਪਾਕਿਸਤਾਨ ਦੇ ਕਬੱਡੀ ਨੂੰ ਪ੍ਰਮੋਟ ਕਰਦੇ ਆ ਕਿੰਨਾ ਕੁ ਵੈਸੇ ਕੀ ਕਹੋਗੇ ਇਸ ਬਾਰੇ ਤੁਸੀਂ ਬਾਈ ਜਿੰਨਾ ਕੁ ਦਵਾਈ ਪਈ ਆ ਨਾ ਧੁੰਮ ਪਈ ਆ ਕਿ ਪ੍ਰਮੋਟਰ ਆਹ ਕਰਦੇ ਸਪੋਂਸਰ ਆਹ ਕਰਦੇ ਉਹਨਾਂ ਕਰਦੇ ਨਹੀਂ ਜਿਹੜਾ ਵੀ ਪ੍ਰਮੋਟਰ ਆ ਉਹਦੀ ਖਵਾਇਸ਼ ਹੁੰਦੀ ਆ ਕਿ ਮੁੰਡਾ ਮੇਰੇ ਕਲੱਬ ਵੱਲੋਂ ਖੇਡੇ ਅਤੇ ਫਿਰ ਹੀ ਮੈਂ ਉਹਦਾ ਸਪੋਂਸਰ ਕਰਾਂ ਫਿਰ ਹੀ ਉਹਨੂੰ ਮੈਂ ਕੁਛ ਲੈ ਕੇ ਦੇਵਾਂ ਜੇ ਪ੍ਰਮੋਟਰ ਦਾ ਇਹ ਹੁੰਦਾ ਕਿ ਜੇ ਪਲੇਅਰ ਚੰਗਾ ਨਾ ਉਹਦੀ ਗੇਮ ਚੰਗੀ ਆ ਉਹਨੂੰ ਜਿਸ ਕਲੱਬ ਦਾ ਵੀ ਹੈ ਉਹਨੂੰ ਸਪੋਰਟ ਕਰਨੀ ਚਾਹੀਦੀ ਆ ਲੇਕਿਨ ਸਾਡੇ ਪਾਕਿਸਤਾਨ 'ਚ ਇਹ ਕੰਮ ਨਹੀਂ ਹੈ ਸਾਡੇ ਪਾਕਿਸਤਾਨ 'ਚ ਇਹ ਆ ਕਿ ਜਿਹੜਾ ਕਲੱਬ ਦਾ ਪ੍ਰਮੋਟਰ ਆ ਨਾ ਉਹ ਜੇ ਮੁੰਡਾ ਪਲੇਅਰ ਉਸ ਕਲੱਬ ਦਾ ਹੈ ਨਾ ਅਤੇ ਉਸ ਕਲੱਬ ਦਾ ਹੀ ਕਰਨਾ ਪ੍ਰਮੋਟਰ ਅਤੇ ਬਾਕੀ ਆ ਹੁਣ ਪਲੇਅਰ ਨੂੰ ਇੰਜਰੀਆਂ ਹੋਈਆਂ ਅੱਲਾ ਪਾਕ ਸਾਰੇ ਪਲੇਅਰ ਨੂੰ ਤੰਦਰੁਸਤੀ ਰੱਖੇ ਹਮਜ਼ਾ ਕਸਾਈ ਦੇ ਹੋਈ ਆ ਬਹੁਤ ਅੱਛਾ ਜਾਫੀ ਸੀ ਤਬਸ਼ਰ ਦੇ ਸੱਟ ਲੱਗੀ ਆ ਅੱਲਾ ਪਾਕ ਉਹਨੂੰ ਵੀ ਤੰਦਰੁਸਤੀ ਦੇਵੇ ਦੁਬਾਰਾ ਫਿੱਟ ਕਰੇ ਲੇਕਿਨ ਪਲੇਅਰ ਦੀ ਭਾਅ ਜੀ ਜਦੋਂ ਤੱਕ ਪਲੇਅਰ ਕੋਡੀ ਖੇਡਦਾ ਨੰਬਰ ਲੈਂਦਾ ਆ ਉਦੋਂ ਤੱਕ ਸਾਰੀ ਦੁਨੀਆ ਉਹਦੇ ਨਾਲ ਸਾਰੇ ਪ੍ਰਮੋਟਰ ਵੀ ਉਹਦੇ ਨਾਲ ਆ ਕਲੱਬ ਕੋਚ ਸਾਰੀ ਦੁਨੀਆ ਉਹਦੇ ਨਾਲ ਜਦੋਂ ਪਲੇਅਰ ਦੀ ਇੰਜਰੀ ਹੋ ਜਾਂਦੀ ਸੱਟ ਲੱਗ ਜਾਂਦੀ ਹੈ ਕੋਈ ਵੀ ਕਿਸੇ ਨੂੰ ਨਹੀਂ ਪੁੱਛਦਾ ਭਾਅ ਜੀ ਹਾਂਜੀ ਦੁਨੀਆ ਚੱਲਦੀ ਦਾ ਨਾਂ ਗੱਡੀ ਆ ਭਾਅ ਜੀ ਜਦੋਂ ਤੱਕ ਬੰਦਾ ਫਿੱਟ ਆ ਬੰਦਾ ਖੇਡਦਾ ਦੁਨੀਆ ਉਹਦੇ ਨਾਲ ਆ ਬੰਦਾ ਮਾੜਾ ਜਿਹਾ ਡਾਊਨ ਹੋ ਜੇ ਜਾਂ ਬੰਦੇ ਸੱਟ ਪਿੜ ਲਾ ਜੇ ਕੋਈ ਵੀ ਨਹੀਂ ਪੁੱਛਦਾ ਭਾਅ ਜੀ ਹਾਂਜੀ ਤੁਸੀਂ ਵੀ ਭਾਅ ਜੀ ਕੋਈ ਜਦੋਂ ਦੇ ਸਟਾਰਟ ਕੀਤੀ ਕੋਈ ਇੰਜਰੀ ਦਾ ਟਾਈਮ ਕੱਢਿਆ ਮਾੜਾ ਟਾਈਮ ਇਸ ਤਰ੍ਹਾਂ ਦਾ ਹਾਂਜੀ ਭਾਅ ਜੀ ਮੈਂ 2 ਸਾਲ ਪਿੱਛੋਂ ਕੱਢਿਆ ਸੀ ਮੇਰੇ ਗਿੱਟੇ ਦੀ ਸੱਟ ਲੱਗੀ ਸੀ ਅਤੇ 6 ਮਹੀਨੇ ਮੈਂ ਘਰ ਪਿਆ ਸੀ ਕਿਸੇ ਨੇ ਸੀ ਪੁੱਛਿਆ ਜੋ ਕਿ 1-2-4 ਮੈਚ ਖੇਡੇ ਅਤੇ ਉਹ ਡਾਊਨ ਲੂਜ਼ ਖੇਡੇ ਅਤੇ ਲੋਕਾਂ ਨੇ ਕਹਿਣਾ ਖਤਮ ਹੋ ਗਿਆ ਫਲਾਣਾ ਢਲਾਣਾ ਬਥੇਰੇ ਲੋਕ ਗੱਲਾਂ ਕਰਦੇ ਸੀ ਅਤੇ ਲੇਕਿਨ ਆਪਾਂ ਇਸ ਗੱਲ ਨੂੰ ਕਦੀ ਇੰਨਾ ਸੋਚਿਆ ਨਹੀਂ ਇੱਧਰੋਂ ਸੁਣੀ ਇੱਧਰੋਂ ਕੱਢਦੀ ਆਪਣੇ ਸਾਨੂੰ ਇਹ ਪਤਾ ਕਿ ਅਸੀਂ ਮਿਹਨਤ ਕੀਤੀ ਅਸੀਂ ਚੰਗੇ ਹਾਂ ਸਾਡੀ ਮਿਹਨਤ ਹੀ ਇੰਨੀ ਆ ਕਿ ਸਾਨੂੰ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹੈ ਅਸੀਂ ਮਿਹਨਤ ਕੀਤੀ ਦੁਬਾਰਾ ਫਿੱਟ ਹੋ ਗਏ ਉਹੀ ਪ੍ਰਮੋਟਰ ਉਹੀ ਸਪੋਂਸਰ ਉਹ ਫਿਰ ਨਾਲ ਹੋ ਗਏ ਜਦੋਂ ਸੱਟ ਲਾ ਜੇ ਭਾਈ ਕੋਈ ਨਹੀਂ ਪੁੱਛਦਾ ਜਿੰਨਾ ਮਰਜ਼ੀ ਤੁਹਾਡਾ ਕੋਈ ਤਲਕ ਦਵਾਸ ਰਾਮ ਕੋਈ ਨਹੀਂ ਪੁੱਛਦਾ ਤੁਹਾਨੂੰ ਬੰਦਾ ਫਿੱਟ ਆ ਸਾਰੀ ਦੁਨੀਆ ਤੁਹਾਡੇ ਨਾਲ ਆ ਉਸ ਟਾਈਮ ਤੁਹਾਨੂੰ ਤੁਹਾਡੀ ਫੈਮਿਲੀ ਔਖੇ ਟਾਈਮ ਦੇ ਤੁਹਾਡੇ ਕੰਮ ਆਉਂਦੀ ਹੈ ਤੁਹਾਡੇ ਭੈਣ ਭਰਾ ਹੀ ਕੰਮ ਆਉਂਦੇ ਆ ਕੋਈ ਸਪੋਂਸਰ ਕੋਈ ਪ੍ਰਮੋਟਰ ਕੰਮ ਨਹੀਂ ਆਉਂਦਾ ਅਤੇ ਭਾਅ ਜੀ ਇੱਕ ਹੋਰ ਗੱਲ ਵੀ ਆ ਪਲੇਅਰ ਕੋਈ 2-3 ਮੈਚ ਮਾੜੇ ਖੇਡ ਲਵੇ ਤੇ ਲੋਕੀ ਗੱਲਾਂ ਕਰਨ ਲੱਗ ਪੈਂਦੇ ਇਸ ਬਾਰੇ ਤੁਸੀਂ ਵੈਸੇ ਕੀ ਕਹੋਗੇ ਦੇਣ ਲੱਗ ਜਾਂਦੇ ਬਾ ਅੱਜ ਗੰਦਾ ਖੇਡਿਆ ਅੱਜ ਐਵੇਂ ਬਹੁਤ ਗੰਦਾ ਖੇਡਿਆ ਨਹੀਂ ਇਹ ਜਿੰਨੇ ਵੀ ਆਪਣੇ ਕਬੱਡੀ ਲਵਰ ਆ ਕਬੱਡੀ ਨੂੰ ਪਿਆਰ ਕਰਦੇ ਆ ਸ਼ੌਕੀਨ ਆ ਦੋਸਤ ਆ ਫੈਨ ਆ ਸਾਰੇ ਇਹ ਗੱਲ ਨਹੀਂ ਸੋਚਣੀ ਚਾਹੀਦੀ ਪਲੇਅਰ ਆ ਇੱਕ ਮਾੜਾ ਚੰਗਾ ਟਾਈਮ ਇਨਸਾਨ 'ਤੇ ਆਉਂਦਾ ਆ ਇਨਸਾਨ ਉਸ ਮਾੜੇ ਟਾਈਮ ਤੋਂ ਸਿੱਖਦਾ ਆ ਉਹਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ 1-2 ਲੂਜ਼ ਖੇਡੇ ਹੁਣ ਜੱਫੇ ਹੋ ਗਏ ਆ ਕਬੱਡੀ ਖਤਮ ਹੋ ਗਿਆ ਕੀ ਮਸਲੇ ਮਸਾਇਲ ਬਣਾ ਉਹਦੀ ਕੋਈ ਘਰੇਲੂ ਮਸਲਾ ਹੋ ਸਕਦਾ ਕੋਈ ਮਿਹਨਤ ਨਹੀਂ ਹੋ ਸਕਦੀ ਕੋਈ ਟੈਨਸ਼ਨ ਨਹੀਂ ਹੋ ਸਕਦੀ ਅਤੇ ਉਹਨੂੰ ਉਸ ਔਖੇ ਟਾਈਮ ਉਹਨੂੰ ਸਪੋਰਟ ਕਰਨਾ ਚਾਹੀਦਾ ਉਹਨੂੰ ਹੌਸਲਾ ਦੇਣਾ ਚਾਹੀਦਾ ਕਿ ਯਾਰ ਚਲੋ ਕੋਈ ਨਹੀਂ ਤਾਂ ਮਾੜਾ ਟਾਈਮ ਅੱਲਾ ਪਾ ਮਾੜਾ ਟਾਈਮ ਦੂਰ ਕਰੇ ਅਤੇ ਬੰਦਾ ਚੰਗਾ ਲੇਕਿਨ ਸਾਡੇ ਪਾਕਿਸਤਾਨ 'ਚ ਇਹ ਆ ਕਿ ਜਿਹੜਾ 2-4 ਮੈਚ ਖੇਡੇ ਲੋਕ ਤਰ੍ਹਾਂ ਤਰ੍ਹਾਂ ਸਵਾਲ ਕਰਨ ਲੱਗ ਪੈਂਦੇ ਆ ਅਤੇ ਜਦੋਂ ਬੰਦਾ ਤਗੜਾ ਖੇਡਦਾ ਉਹ ਬੰਦੇ ਨੂੰ ਸਵਾਲ ਹੀ ਨਹੀਂ ਕਰਦੇ ਹੁਣ ਉਹ ਸਵਾਲ ਹੀ ਨਹੀਂ ਕਰਦੇ ਤੂੰ ਤਗੜਾ ਕਾਹਤੋਂ ਖੇਡਣ ਦਿਆ ਪਹਿਲੋਂ ਮਾੜਾ ਕਿਉਂ ਪੁੱਛਦੇ ਨਹੀਂ ਜਦੋਂ ਮੈਚ ਮਾੜਾ ਖੇਡੋ ਸ਼ਾਮ ਨੂੰ ਮੈਸੇਜ ਆ ਜਾਣਾ ਹਾਂਜੀ ਭਾਈ ਕੀ ਹੋਇਆ ਤੁਹਾਨੂੰ ਖਤਮ ਹੋ ਗਏ ਫਲਾਣਾ ਢਾਣਾ ਜੇ ਹੋ ਗਿਆ ਉਹ ਹੋ ਗਿਆ ਜਦੋਂ ਤਗੜਾ ਖੇਡਣਾ ਉਦੋਂ ਮੈਸੇਜ ਡੀਕਣਾ ਕਿਸੇ ਦਾ ਮੈਸੇਜ ਆ ਜਾਏ ਉਹ ਮੈਸੇਜ ਕਿਸੇ ਦਾ ਨਹੀਂ ਹੁੰਦਾ ਨਾਲ ਹੀ ਤਗੜੇ ਪਿਛਲੀ ਜਿਹੜੀ ਕਾਲ ਕਰਦੀ ਉਹ ਭੁੱਲ ਜਾਂਦੀ ਹਾਂਜੀ ਉਹ ਸਾਰੀ ਭੁੱਲ ਜਾਂਦੀ ਹੈ ਇਹ ਹਿਸਾਬ ਆ ਚੱਲਦੀ ਦਾ ਨਾਂ ਗੱਡੀ ਆ ਇਹਦਾ ਗਰਾਊਂਡ ਚੰਗਾ ਖੇਡਦਾ ਦੁਨੀਆ ਉਹਦੀ ਆ ਤੇ ਉਹੀ ਜਾਨੀ ਸਾਹਿਬ ਕੋਡੀ ਦਾ ਮੁੱਲ ਕੋਡੀ ਦਾ ਮੁੱਲ ਕੋਡੀ ਆ ਜੀ ਹੋਰ ਕੋਈ ਭਾਵੇਂ ਅੰਬਲ ਇੱਕ ਕੜਾ ਤੂੰ ਭਾਵੇਂ ਟੱਚ ਮਾਰਦਾ ਟੱਚ ਮਾਰ ਕੇ ਪਾਕੜ ਦੌੜਦਾ ਨਾ ਪਾਕਾਂ ਮੈਂ ਉਹ ਪਾ ਤੇਰਾ ਟੱਚ ਪਾ ਕਿਥੋਂ ਲੱਭਿਆ ਵਾ ਤੂੰ ਟੱਚ ਬਸ ਵੇਖ ਵੇਖ ਕੇ ਟੱਚ ਇੱਦਾਂ ਹੋਇਆ ਭਾਈ ਮਾਨੇ ਵਾਲਾ ਵੇਖ ਕੇ ਭਾਈ ਮਾਨਾ ਟੱਚ ਬੜਾ ਮਾਰਦਾ ਹੁੰਦਾ ਸੀ ਉਹਨਾਂ ਦੀ ਕਾਪੀ ਕਰ ਕਰਕੇ ਉਹਦਾ ਟੱਚ ਮਾਰਨ ਲੱਗ ਪਿਆ ਹਾਂਜੀ ਪਾਕੜਾ ਆਹ ਸਟਾਈਲ ਵਾ ਜਿਹੜਾ ਪਾ
नहीं जी, हर बंदे दा अपना एक्शन अपना स्टाइल होंदा। हुण जाफी आ उहने अपना जफा ला के स्टाइल मारना होंदा, साही ने अपना मारना होंदा। ते आवाम वास्ते मारी दे, आवाम इन्नी दूर आउंदी आ एंटरटेनमेंट करे, आण के इंजॉय करे। जो आवाम नूं इन्नी दूर आउंदी टाइम भन के आउंदी आ, आपां लहदा करके दिखाउणा चाहीदा कि आवाम आए मजा इंजॉय करे आण के। जज़्बात ऐसे बंदे के बंदा जानबूझ के नहीं करता, उस टाइम निकल जाते बंदे बाहर गलत होंगी अपनी गलती, यार गलत होया नहीं करना चाहिए, बंदा फिर कवर करता। ग्राउंड च हो जाता बंदे, उस टाइम जज्बात होंगे, मैच खेडन दिया होंगे बंदे, नहीं उस टाइम पता होंगे। लेकिन ऐसी ऐसी वैसी गल कोई नहीं है, हमेशा रब को डरना चाहिए, गरूर तकबर तो रब बचा के रखे, अल्लाह पाक सारे अपने हिफ्ज़ मान च रखे, सट पिट तो बचाए अल्लाह पाक। कई भाई मुजम्मल तुहानू फॉलो करते होने, यार मैं मुजम्मल बूटे वर्गा रेडर बना, या जिहड़े प्लेयर तुहानू फॉलो करते या जिहड़े आने वाले टाइम दे यंग स्टार मुंडे, उन्हां लई की तुसीं मैसेज दोगे? वैसे उन्हां वास्ते भाई यही मैसेज आ कि जिन्हें भी आपां नू फॉलो करते उन्हां दा थैंक यू, अल्लाह पाक तंदुरुस्ती रखे उन्हां दी। ते उन्हां वास्ते यही नसीहत आ कि अपनी मेहनत करन, सुबह शाम सुबह दी मेहनत मिस ना करन। जिन्हें भी नवें मुंडे आ, ज़्यादा अजकल मुंडिया का रुझान आ मेडिसन वाल, जिम वाल, उन्होंने घट रुझान होना चाहिए अपनी मेहनत कर, खुराक खान। तो सोशल मीडिया ध्यान ज़्यादा मुंडिया का, मेहनत घट करते कर लीए, वह कर लीए, वह कर लीए। तो लेकिन नवे मुंडा यही आ कि अपना स्ट्रीट राइड तो मेडिसन से बचन, उन्होंने खुराक खा के मेहनत करनी चाहिए, अपने व्ड्या का सीनियर की इज्जत कर, जो भी अपने छोटे आ तो उन्होंने प्यार कर। ते बाकी झुकन जिन्ना झुके, इस फील्ड ऐसी है जो जिन्ना झुकया जाए उन्ना ही फल मिलता है। तो दुआवां लैन, गरूर तकबर तो बचन, असी जे आते असी वो, बस हमेशा रब तो डरन, तो अपनी मेहनत कर, अल्लाह पाक सारे तंदुरुस्ती दे, तो अपने मुल्क का नाम रोशन कर। भावें बड़े एक गल यार आई सी भुलन लगे, पा तू ब्याह कदों ने पा करा दे? ब्याह बस दिल ही नहीं करता, कदों नहीं दिल कर दिया मामे पारे नफीस ने मियाँ ओह बिनिया बिन होने अली शान होने पा ढिलू होना ने सारे ने ब्याह करा लिया, वो तेरा कदों नहीं दिल कर दिया? नहीं मेरा हूँ दिल कर लग पाया नफीस वाल वेख के। हाँ मैं भाव मंगनी मुंगनी होगी? नहीं मंगनी अजे हो निकी हुई, नफीस वाल वेख के मेरा भी हूँ दिल कर लग पाया। नफीस मैं कहता कि ब्याह करा ला। हाँ नफीस ने जो कहता भाव मैं कहता टाइम ना ब्याह करा ला। नहीं हूँ आप मकान शुरू किए तो मकान बाग पा के इंशाल्लाह छे महीने साल तक आप करा ला। मैं मंगनी है की नहीं अजे नहीं की मामे कख भी नहीं किया मामे फिर छे महीने कितने तक दो साल तेरे लग जाने? नहीं नहीं आप ਲੱਭ ਕੇ ਕਰ ਲੈਣਾ ਛੇਤੀ ਕਰ ਲੈਣਾ ਬਸ ਛੇਤੀ ਕਰ ਲੈ ਏਅਰ ਫੋਰਸ ਦਾ ਵੀ ਮਹਿਕਮੇ ਵਾਲੋ ਵੀ ਕਲੀਅਰ ਹੋ ਗਿਆ ਹੁਣ ਤਾਂ ਆਪਾਂ ਏਅਰ ਫੋਰਸ ਲਵੇ ਮਾਸ਼ਾ ਪਾ ਕਲੀਅਰ ਪੱਕਾ। ਹਾਂ ਜੀ ਸ਼ੁਕਰ ਅੱਲਾ ਦਾ ਜੀ ਹਾਂ ਆਪਾਂ ਕਹਿੰਦਾ ਮਾਸ਼ਲਾ ਪਾ ਕੋਡੀ ਖੇਲਣਦੇ ਹੁਣ ਚੱਲ ਦੋ ਮੁੰਡੇ ਚੱਲ ਉਹ ਵੀ ਮਾਸ਼ਲਾ ਇਹਦੇ ਅੰਗਣ ਪਾ ਬਣਨ ਵਾਲੇ ਅਜੇ ਕਰਾ ਉਮਰ ਹੋਈ ਆ ਚਿਸ਼ਤੀ ਉਹਨੇ ਪਾ ਉਮਰ ਤਾਂ ਨਹੀਂ ਮੇਰੇ ਗਾਂ ਵਾਲੇ ਭੈ ਮੇਰਾ ਪਲੇਅਰ ਪੱਲੋ ਬੰਦੇ ਬਾਅਦ ਚੋਂ ਬੰਦੇ ਪਹਿਲੇ ਬੱਚੇ ਜੰਮਦੇ ਆ। ਹਾਂ ਐਵੇਂ ਕੋਈ ਨਹੀਂ ਬਸ ਆਪਾਂ ਨੂੰ 6 ਮਹੀਨੇ ਸਾਲ ਤੱਕ ਕਰ ਲੈਣੀ ਚਾਹੀਦੀ ਆ ਯਾਰ ਕਰ ਲਾ ਤੇਰੀ ਮਿਹਰਬਾਨੀ ਅਸਾ ਜੀ ਪਾ ਤੈਨੂੰ ਮੈਂ ਮਿਹਨਤ ਕਰਦਾ ਮਾਮਾ ਨਾ ਤੂੰ ਕੋਈ ਰਿਸ਼ਤਾ ਲੱਭ ਦੇ ਹਾਂ ਕੋਈ ਲੱਭ ਦੇ ਹੈ ਰਿਸ਼ਤਾ ਪਿੰਡ ਹੈ ਵੀ ਉਧਰ ਕਿਤੇ ਉਹ ਯਾਰ ਇੱਧਰ ਸਾਡੇ ਵਾਲ ਨਹੀਂ ਇੱਧਰ ਤੁਹਾਡੇ ਵਾਲ ਬੋਲ ਵਿੱਚ ਹਾਂ ਇੱਧਰ ਹੀ ਬੈਠਾ ਲੱਭਣਾ ਉਧਰ ਨਾਲ ਇੱਧਰ ਨਹੀਂ ਸਾਈਡ ਤੁਹਾਡੇ ਦੀ ਚਲੋ ਠੀਕ ਹੋ ਗਿਆ।